ਸਾਰਿਆਂ ਜੀਆਂ ਨੂੰ ਪ੍ਰੇਮਾ ਭਗਤੀ ਦੀ ਸੁਗੰਧ ਸੁਗੰਧੀ ਵਾਲੇ ਸਵਾਸ ਸ਼ਾਂਤੀ ਰੂਪੀ ਸੀਤ ਠੰਡ ਬਖਸ਼ਦੇ ਹਨ, ਜਿਸ ਕਰਕੇ ਈਰਖਾ ਦੀ ਤਪਸ਼ ਮਿਲਦੀ ਹੈ ਅਤੇ ਮੰਦ ਵਾਸਨਾ ਚੱਲਿਓ ਚਲੀਆਂ ਜਾਂਦੀਆਂ ਹਨ। ਜਿਵੇਂ ਸੁਗੰਧੀ ਵਾਲੀ ਠੰਡੀ ਹਵਾ ਰੋਗ ਚੁੱਕਦੀ ਹੈ, ਤਿਵੇਂ ਪੂਰਨ ਪਰਪਕਾਰੀ ਸੰਤ ਪ੍ਰੇਮਾ ਭਗਤੀ ਰੂਪੀ ਸੁਗੰਧ ਨਾਲ ਹਉਮੈ ਦਾ ਰੋਗ ਸਰੀਰਕ ਰੋਗ ਮਨ ਬਾਣੀ ਦੇ ਰੋਗ ਚੁੱਕ ਦਿੰਦੇ ਹਨ। ਜਹਾਂ ਸਾਖ ਕੇ ਛੋ ਤਹਾਂ ਲਾਗਿਓ ਥੇ ਲੋ ਨਾ ਸੰਕਾ ਮਾਨ, ਜਿਵੇਂ ਜਿੱਥੇ ਬਦਬੋ ਹੋਵੇ ਉੱਥੇ ਸ਼ੀਤਲ ਸੁਗੰਧਿਤ ਹਵਾ ਲੱਗ ਕੇ ਬਦਬੋ ਚੁੱਕ ਦਿੰਦੀ ਹੈ। ਮੰਦੀ ਬਦਬੋ ਤੋਂ ਤਿਲ ਮਾਤਰ ਵੀ ਸ਼ੰਕਾ ਨਹੀਂ ਮੰਨਦੀ, ਤਿਵੇਂ ਪਰਉਪਕਾਰੀ ਮਹਾਂਪੁਰਸ਼ਾਂ ਨੂੰ ਜਹਾਂ ਜਿੱਥੇ ਕੇ ਛੋ ਤੁਛ ਮਾਤਰ ਕੁਕਰਮੀ ਮੰਦ ਵਾਸਨਾ ਵਾਲੇ ਮਿਲਦੇ ਹਨ, ਤਾਂ ਤਿੱਥੇ ਉਹਨਾਂ ਨਾਲ ਲਾਗਿਓ ਲੱਗ ਕੇ ਭਾਵ ਕਿਰਪਾ ਕਰਕੇ ਉਹਨਾਂ ਨੂੰ ਕਥਾ ਕੀਰਤਨ ਸੁਣਾ ਕੇ ਗੁਰੂ ਸੇਵਾ ਪ੍ਰੇਮ ਭਗਤੀ ਜਲਾ ਕੇ ਉਹਨਾਂ ਦਾ ਵਿਸ਼ੇ ਵਾਸਨਾ ਰੂਪੀ ਗੰਧ ਚੁੱਕ ਕੇ ਉਹਨਾਂ ਚ ਪ੍ਰੇਮਾ ਭਗਤੀ ਰੂਪੀ ਸੁਗੰਧੀ ਭਰਦੇ ਹਨ। ਸਾ ਉਹਨਾਂ ਮੰਦ ਪੁਰਸ਼ਾਂ ਤੋਂ ਤੇਲ ਮਾਤਰ ਭਾਵ ਥੋੜੇ ਮਾਤਰ ਵੀ ਸ਼ੰਕਾ ਨਾ ਨਹੀਂ ਮਾਨ ਮਨਦੇ। ਅੱਗ ਦੇ ਸੱਤਵੇਂ ਦ੍ਰਿਸ਼ਟਾਂਤ ਦੁਆਰਾ ਸੰਤਾਂ ਅਤੇ ਸਤਿਗੁਰਾਂ ਦੇ ਸ਼ੁਭ ਗੁਣ ਕਥਨ ਕਰਦੇ ਹਨ। ਸੁਪਾਏ ਅਪਾਏ ਜੋ ਨਿਕਟ ਤੇ ਆਵੇ ਸੀਤੋ ਤਾਕਾ ਜਾਏ। ਦ੍ਰਿਸ਼ਟਾਂਤ ਭਾਵੇਂ ਕੋਈ ਸੁਗੰਧੀ ਲੈ ਕੇ ਅੱਗ ਦਾ ਪੂਜਨ ਕਰਨ ਲਈ ਭਾਵਨਾ ਨਾਲ ਅੱਗ ਦੇ ਪਾਸ ਜਾਵੇ ਅਤੇ ਭਾਵੇਂ ਕੋਈ ਬੁਝਾਉਣ ਜਾਵੇ ਉਸਦਾ ਪਾਲਾ ਚਲਿਆ ਜਾਂਦਾ ਹੈ। ਇਸ ਤਰ੍ਹਾਂ ਸੰਤਾਂ ਮਹਾਂਪੁਰਸ਼ਾਂ ਜੀ ਦੇ ਨਿਕਟ ਤੇ ਪਾਸ ਭਾਵੇਂ ਜੋ ਕੋਈ ਸੁਭਾਏ ਸ੍ਰੇਸ਼ਟ ਭਾਵਨਾ ਨਾਲ ਚੰਦਨ ਕੇਸਰ ਨਾਲ ਪੂਜਨ ਕਰਨ ਆਵੇ, ਭਾਵੇਂ ਅਭਾਏ ਖੋਟੀ ਭਾਵਨਾ ਨਾਲ ਮਾਰਨ ਆਵੇ, ਤਾਂ ਤਿਸਕਾ ਦਾ ਪਾਪਾਂ ਰੂਪੀ ਸੀ ਤੋਂ ਪਾਲਾ ਜਾਏ ਚਲਿਆ ਜਾਂਦਾ ਹੈ। ਜਿਵੇਂ ਸਤਿਗੁਰੂ ਪਹਿਲੇ ਪਾਤਸ਼ਾਹ ਜੀ ਨੂੰ ਦੇਵ ਲੂਤ ਰਾਕਸ਼ ਖਾਣਾ ਚਾਹੁੰਦਾ ਸੀ, ਦੋ ਵਾਰੀ ਰਾਕਸ਼ ਭੇਜੇ ਸੀਤਲ ਹੋ ਕੇ ਚਲੇ ਗਏ, ਤੀਜੀ ਵਾਰੀ ਵਜ਼ੀਰ ਭੇਜਿਆ, ਅਖੀਰ ਗੁੱਸੇ ਨਾਲ ਆ ਪਾਇਆ, ਦਰਸ਼ਨ ਕਰਕੇ ਸ਼ਾਂਤ ਹੋ ਕੇ ਚਰਨ ਫੜੇ ਮੁਰੀਦ ਬਣ ਗਿਆ, ਇਉਂ ਪਾਪਾਂ ਰੂਪੀ ਪਾਲਾ ਚਲਿਆ ਗਿਆ। ਆਪ ਪਰ ਕਾ ਕਛੁ ਨਾ ਜਾਣੈ ਸਦਾ ਸਹਜੇ ਸੁਭਾਏ। ਜਿਵੇਂ ਅੱਗ ਆਪਣੇ ਪਰਾਏ ਦਾ ਵਿਚਾਰ ਨਹੀਂ ਕਰਦੀ, ਸਭ ਦਾ ਹਨੇਰਾ ਦੂਰ ਕਰਕੇ ਚਾਨਣ ਕਰ ਦਿੰਦੀ ਹੈ, ਇਸੇ ਤਰ੍ਹਾਂ ਪਰਉਪਕਾਰੀ ਸੰਤ ਮਹਾਂਪੁਰਖ ਆਪ ਆਪਣੇ ਪਰਪਰਾਏ ਕਾ ਦਾ ਵਿਚਾਰ ਕਛੁ ਥੋੜੇ ਮਾਤਰ ਵੀ ਨਾ ਨਹੀਂ ਜਾਣੈ ਜਾਣਦੇ, ਸਦਾ ਸੁਭਾਏ ਸੁਭਾਵਕ ਸਹਜ ਨਿਰਜਤਨ ਹੀ ਅੱਗ ਵਾਂਗ ਸੱਚੇ ਬ੍ਰਹਮ ਗਿਆਨ ਦਾ ਪੂਰਨ ਪ੍ਰਕਾਸ਼ ਕਰਕੇ ਅਗਿਆਨ ਦਾ ਹਨੇਰਾ ਚੁੱਕ ਦਿੰਦੇ ਹਨ। ਅੰਗ 344। ਜਿਵੇਂ ਅੱਗ ਚਾਨਣ ਕਰਕੇ ਸ਼ੇਰ ਸੱਪ ਆਦਿ ਦਾ ਡਰ ਚੁੱਕਦੀ ਹੈ, ਤਿਵੇਂ ਪਰਉਪਕਾਰੀ ਸਤਿਗੁਰੂ ਸਾਹਿਬ ਜੀ ਸੱਚ ਦਾ ਚਾਨਣ ਕਰਕੇ ਕਾਲ ਰੂਪੀ ਸ਼ੇਰ ਕਾਮ ਕ੍ਰੋਧ ਆਦਿ ਵਿਗਾੜਾਂ ਨੂੰ ਰੂਪੀ ਵਿਰੋਧੀ ਪਸ਼ੂਆਂ ਦਾ ਡਰ ਚੁੱਕ ਦਿੰਦੇ ਹਨ। ਚਾਰਣ ਸਰਣ ਸਨਾਥ ਇਹੋ ਮਾਨੋ ਰੰਗੇ ਰਾਤੇ ਲਾਲ, ਲਾਲ ਪਿਆਰੇ ਵਾਹਿਗੁਰੂ ਜੀ ਦੇ ਰੰਗੇ ਪ੍ਰੇਮ ਰੰਗ ਚ ਰਾਤੇ ਰੰਗੇ ਹੋਏ ਉਪਰੋਕਤ ਗੁਣਾਂ ਵਾਲੇ ਸੰਤਾਂ ਜੀ ਦੀ ਚਰਨ ਸਰਣ ਚ ਦਰਸ਼ਨ ਦਾਸ ਨੇ ਆਪਣਾ ਮਾਨੋ ਜੋ ਰੱਖਿਆ ਹੈ, ਇਹੋ ਹੀ ਮੇਰੀ ਸਨਾਥ ਕਲਿਆਣ ਹੈ, ਇਸ ਚ ਬੜਾ ਭਾਰੀ ਆਨੰਦ ਹੀ ਆਨੰਦ ਹੈ। ਸਰਵਵਿਆਪੀ ਮਹਾਂਵਿਸ਼ਨਾ ਲੱਖਾਂ ਮਣਾ ਬਣਵਾਣਾ ਦਾ ਸਮਰਥ ਹੈ। ਧੰਨ ਸੱਚੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਰਵਵਿਆਪੀ ਮਹਾਂਵਿਸ਼ਵਾਸ ਨਿਮਰਤਾ। ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ, ਸ਼ਹੀਦਾਂ ਦੇ ਸਰਤਾਜ ਗਰੀਬ ਨਿਵਾਜ ਵਾਹਿਗੁਰੂ ਨਾਨਕ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਤਿਅੰਤ ਸਰਵਵਿਆਪੀ ਨਿਮਰਤਾ ਨਾਲ ਫਰਮਾ ਰਹੇ ਹਨ, ਦਰਸ਼ਨ ਦਾਸ ਤੇ ਪ੍ਰਭ ਸਮਰੱਥ ਵਾਹਿਗੁਰੂ ਜੀ ਕਿਰਪਾਲ ਭਏ ਹੋਏ, ਇਸ ਲਈ ਦਰਸ਼ਨ ਦਾਸ ਉਪਰੋਕਤ ਗੁਣਾਂ ਵਾਲੇ ਸੰਤਾਂ ਜੀ ਦੀ ਸ਼ਰਨ ਪੈ ਕੇ
ਗੋਪਾਲ ਕੋਟ ਬਣ ਦੇ ਪਾਲਕ, ਕੋਟ ਬਣ ਨੂੰ ਪਾਲਣ ਵਾਲੇ ਸੱਚੇ ਵਾਹਿਗੁਰੂ ਜੀ ਦੇ ਗੁਣ ਨਿਤ ਨਿਤ ਗਾਓ ਗਾਉਂਦਾ ਹੈ। ਮਾਰੂ ਮਹੱਲਾ ਪੰਜਵਾ, ਕਵਨ ਥਾਨ ਤੀਰਿਓ ਹੈ ਨਾਮਾ, ਕਵਨ ਬਾਸਾ ਤੋ ਅਹੰਕਾਰਾ, ਕਵਨ ਚਿਹਨ ਸੁਵਨੇ ਉਪਰੇ ਛੋਹਿਓ, ਮੁਖ ਤੇ ਸੁਵਨੇ ਕਾਰੇ ਗਾਰਾ, ਸੁਣੋ ਰੇ ਤੂੰ ਕੌ ਨੂੰ ਕਹਾਂ ਤੇ ਆਇਓ, ਇਤੀ ਨ ਜਾਨੋ ਕੀਤੀ ਕੋ ਮੁੱਦ ਤੇ, ਚਲਤੇ ਖਬਰੇ ਨ ਪਾਇਓ ਰਹਾਓ, ਸਹਨਸ਼ੀਲ ਪਵਨ ਆਰੋ ਪਾਣੀ, ਬਸ ਦਾ ਖਿਮਾ ਨਿਭਰਾਤੇ, ਪੰਚ ਤਤ ਮੇਲੇ ਪਯੋ ਸੰਜੋਗਾ, ਇਨ ਮਹੇ ਕਵਨ ਦੁਰਾਤੇ, ਜੇਨੇ ਰਾਚੇ ਰਚਿਆ ਪੁਰਖੇ ਬਿਧਾਤੈ, ਨਾਲੇ ਹਉਮੈ ਪਾਈ ਜਨਮ ਮਰਨ ਉਸ ਹੀ ਕੋ ਹੈ ਰੇ, ਉਹਾ ਆਵੈ ਜਾਈ, ਬਾਰਾਂ ਨੂੰ ਚੇਹਾਂ ਨੂੰ ਨਾਹੀ ਕਿਛੋ ਰਚਨਾ, ਮਿਥਿਆ ਸਗਲ ਪਸਾਰਾ, ਭਾਣੇ ਤੇ ਨਾਨਕੋ ਜਬ ਖੇਲ ਉਜਾਰੈ, ਤਬ ਏਕੈ ਏਕੰਕਾਰਾ, ਕਵਨ ਥਾਨ ਧੀਰਿਓ ਹੈ ਨਾਮਾ, ਕਵਨ ਬਸ ਤੋ ਅਹੰਕਾਰਾ, ਉਥਾਨਕਾ ਪਾਰ ਬ੍ਰਹਮ ਕੇ ਗੁਰ ਅਵਤਾਰ, ਕੋਟ ਬ੍ਰਹਮੰਡ ਦੇ ਰਚਨਹਾਰ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ, ਅੱਠ ਸੱਠ ਘਾਟ ਤੇ ਸੱਜ ਕੇ ਪੌੜ ਪੱਕੇ ਕਰਵਾ ਰਹੇ ਸਨ, ਬਹੁਤੇ ਪ੍ਰੇਮੀ ਗੁਰੂ ਚਰਨਾਂ ਜਲੀਨ ਹੋ ਕੇ ਸੇਵਾ ਕਰਦੇ ਸਨ ਜੀ, ਜਿਨ੍ਹਾਂ ਨੂੰ ਦਿਨ ਚੜ੍ਹਦੇ ਛਿਪਦੇ ਵੱਲ ਕੋਈ ਖਿਆਲ ਨਹੀਂ ਸੀ। ਇੱਕ ਕਮਟਾਲੂ ਕਾਮਿਆਂ ਨੂੰ ਬਾਜ਼ਾਰ ਲੈ ਜਾਂਦਾ, ਇੱਕ ਦਿਨ ਮੁਖੀ ਸੇਵਾਦਾਰ ਦੇ ਅੜਿੱਕੇ ਚੜ੍ਹ ਗਿਆ, ਉਸਨੇ ਖੂਬ ਤਾੜਿਆ, ਸਗੋਂ ਉਸਨੇ ਆਪਣੀ ਗਲਤੀ ਨਹੀਂ ਮੰਨੀ, ਸਗੋਂ ਸਤਿਗੁਰਾਂ ਪਾਸ ਝੂਠੀ ਸ਼ਿਕਾਇਤ ਕੀਤੀ, ਇਹ ਪੂਰਨ ਸਤਿਗੁਰੂ ਸਾਹਿਬ ਜੀ ਮੇਰਾ ਨਾਂ ਲੈ ਕੇ ਇਸਨੇ ਮੈਨੂੰ ਗਾਲਾਂ ਕੱਢੀਆਂ ਹਨ, ਇਸ ਲਈ ਮੈਨੂੰ ਬਹੁਤ ਦੁੱਖ ਹੈ। ਤਨ ਸਤਿਗੁਰੂ ਸਾਹਿਬ ਜੀ ਪਾਰ ਬ੍ਰਹਮ ਕੇ ਗੁਰ ਅਵਤਾਰ ਹੋਣੇ ਕਰਕੇ ਗਾਲਾਂ ਜ਼ਰੂਰ ਦਾ ਉੱਤਮ ਉਪਦੇਸ਼ ਬਖਸ਼ਦੇ ਹਨ, ਜੋ ਹੋਰ ਕੋਈ ਵੀ ਬਖਸ਼ ਨਹੀਂ ਸਕਿਆ, ਐਸਾ ਮੌਲਿਕ ਪਰਮ ਮਨੋਹਰ ਸ਼ਬਦ ਬਖਸ਼ਿਆ, ਜਿਸ ਨੂੰ ਪ੍ਰਾਪਤ ਕਰਕੇ ਗਾਲ ਕੱਢਣ ਦੀ ਭੈੜੀ ਆਦਤ ਹਟ ਜਾਵੇ, ਸਰਵ ਵਿਆਪੀ ਦੀ ਸਾਖਿਆਤਤਾ ਦਰਸ਼ਨ ਹੋਣ, ਹਜੂਰ ਵਿਸਰਾਮ ਦੀਆਂ ਤੁਕਾਂ ਚ ਪਰਮ ਵੈਰਾਗਮਈ ਸ਼ੁਭ ਸੱਚਾ ਉਪਦੇਸ਼ ਫਰਮਾਉਂਦੇ ਹਨ, ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ, ਰਹਾਉ ਦੀਆਂ ਤੁਕਾਂ ਚ ਸਾਰੇ ਸ਼ਬਦ ਦਾ ਸਿਧਾਂਤ ਹੁੰਦਾ ਹੈ, ਰੇਹੇ ਕਮਟਾਲੂ ਸੁਣੋ ਸੁਣਨਾ ਕਰ, ਤੂੰ ਆਪ ਜੀ ਕੌਣ ਹੋ, ਕਹਾਂ ਕਿਥੋਂ ਤੇ ਤੋਂ ਆਇਓ ਹੈ, ਭਾਵ 84 ਲੱਖ ਜੂਨ ਭੋਗ ਕੇ ਆਇਆ ਹੈ, ਇਸ ਲਈ ਆਪਣਾ ਮੂਲ ਪਛਾਣ ਕੇ ਗਾਲਾਂ ਦਾ ਗੁੱਸਾ ਤਿਆਗ। ਅੰਗ 346 ਇਤੀ ਨ ਜਾਨੋ ਕੀਤੀ ਕੁ ਮੁੱਦ ਤੇ, ਚਲਤੇ ਖਬਰੇ ਨ ਪਾਇਓ ਰਹਾਓ, ਆਪ ਜੀ ਇਤੀ ਤਨੀ ਗੱਲ ਨਾ ਨਹੀਂ ਜਾਨੋ ਜਾਣਦੇ, ਜੋ ਇਸ ਸੰਸਾਰ ਚ ਕੀਤੀ ਕੋ ਕਿਤਨੀ ਕੋ ਮੁੱਦ ਤੇ ਦੇਰੀ ਰਹਿਣਾ ਹੈ, ਭਾਵ ਜ਼ਿਆਦਾ ਸਮਾਂ ਜਗ ਤੇ ਨਹੀਂ ਰਹਿਣਾ, ਜਥਾ ਹਮ ਆਦਮੀ ਹਾਂ ਇਕਦਮੀ, ਮੋਹਲ ਤੇ ਮੋਹ ਤੋਂ ਨਾ ਜਾਣਾ, ਕਹਾਂ ਵਸਾਸਾ ਇਸ ਭਾਂਡੇ ਕਾ, ਇਤਨ ਕੋ ਲਾਗੈ ਠਨਕਾ, ਇਸ ਜਗ ਤੋਂ ਚਲਤੇ ਚਲੇ ਜਾਣ ਦੀ ਖਬਰੇ ਨੂੰ ਆਪ ਜੀ ਨੇ ਨਾ ਨਹੀਂ ਪਾਇਓ ਪਾਇਆ, ਕਹਿੰਦਾ ਜੀ ਨਾਮ ਲੈ ਕੇ ਗਾਲਾਂ ਕੱਢੀਆਂ ਹਨ, ਪੁੱਤਰ ਮਾਰੂ ਮਹੱਲਾ ਪੰਜਵਾ, ਕਵਨ ਥਾਨ ਧੀਰਿਓ ਹੈ ਨਾਮਾ, ਕਵਨ ਬਸ ਤੋ ਅਹੰਕਾਰਾ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਜਵੇਂ ਮਹੱਲਾ ਸਰੂਪ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਾਰੂ ਰਾਗ ਚ ਅਪਰੋਕਤ ਪ੍ਰੇਮੀ ਨੂੰ ਗਾਲਾਂ ਸਰਨ ਦਾ ਸ਼ੁਭ ਸੱਚਾ ਉਪਦੇਸ਼ ਫਰਮਾ ਰਹੇ ਹਨ, ਇਸ ਦੇ ਸਰੀਰ ਦੇ ਕੱਲੇ ਕੱਲੇ ਅੰਗ ਨੂੰ ਹੱਥ ਲਾ ਕੇ ਪੁੱਛਿਆ,
ਕਵਨ ਥਾਨ ਧੀਰਿਓ ਹੈ ਨਾਮਾ। ਜੇ ਕਹਿੰਦੇ ਹੋ ਨਾਮ ਲੈ ਕੇ ਗਾਲਾਂ ਕੱਢੀਆਂ ਤਾਂ ਆਪ ਜੀ ਦਾ ਨਾਮਾ ਨਾਮ ਕਵਨ ਕਿਸ ਥਾਨ ਜਗ੍ਹਾ ਭਾਵ ਅੰਗ ਤੇ ਧੀਰਿਓ ਟਿਕਿਆ ਹੈ। ਕਵਨ ਬਸ ਤੂੰ ਅਹੰਕਾਰਾ, ਕਵਨ ਕਿਸ ਅੰਗ ਚ ਬਸ ਤੋਂ ਵਸਦਾ ਹੈ ਨਾਮ ਜਿਸ ਨੂੰ ਗਾਲਾਂ ਕੱਢੀਆਂ ਹਨ। ਜਿਸ ਨਾਮ ਦਾ ਤੂੰ ਅਹੰਕਾਰਾ ਹੰਕਾਰ ਕਰਦਾ ਹੈ। ਕਵਨ ਚਿਹਨ ਸੋਹਣੇ ਉਪਰੇ ਛੋਹਿਓ, ਮੁਖ ਤੇ ਸੋਹਣੇ ਕਾਰੇ ਗਾਰਾ। ਹੇ ਭਾਈ ਉਸਦੇ ਮੁਖ ਤੇ ਤੋਂ ਗਾਰਾ ਗਾਲਾਂ ਸੋਹਣੇ ਕਾਰੇ ਆਪ ਜੀ ਦੇ ਸਰੀਰ ਉਪਰੇ। ਕਵਨ ਕਿਹੜਾ ਚਿਹਨ ਨਿਸ਼ਾਨ ਫੱਟ ਛੋਹਿਓ ਲੱਗ ਗਿਆ ਹੈ। ਸਤਿਗੁਰੂ ਗਰੀਬ ਨਵਾਜ ਜੀ ਨੇ ਉਸ ਦੇ ਸਰੀਰ ਤੇ ਹੱਥ ਫੇਰ ਕੇ ਨਾਨਕ ਨਜ਼ਰੀ ਨਜ਼ਰੇ ਨਿਹਾਲ ਪੂਰਨ ਕਿਰਪਾ ਭਰੀ ਨਿਗਾਹ ਪਾ ਕੇ ਨਿਹਾਲ 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 ਕਰ ਦਿੱਤਾ। ਉਸ ਨੂੰ ਕੁਮਟਾਲੂ ਜਾਣ ਕੇ ਸੁਰ ਸਿੱਖਿਆ ਬਖਸ਼ੀ, ਰਹਾਓ ਵਿਸਰਾਮ ਦੇ ਕੇ ਫਿਰਾਉਂਦੇ ਹਨ। ਸਹਨਸ਼ੀਲ ਪਵਨ ਆਰੋ ਪਾਣੀ ਵਸਦਾ ਅਖਿਮਾਨ ਭਰਾਤੇ, ਪੰਚ ਤਤ ਮੇਲ ਪਯੋ ਸੰਜੋਗਾ ਇਨ ਮਹਿ ਕਵਨ ਦੁਰਾਤੇ। ਮੂਲਕ ਮਹਾਂਵਿਸ਼ਵਾਂ ਦਾ ਅਰਥ ਪੰਜ ਤੱਤਾਂ ਤੋਂ ਸਭ ਗੁਣ ਧਾਰਨ ਲਈ ਖਿਮਾ ਕਮਾਉਣ ਦਾ ਸੋ ਸੱਚਾ ਉਪਦੇਸ਼ ਹੈ ਜੀ। ਹੇ ਸਤਿਗੁਰੂ ਸਾਹਿਬ ਜੀਓ, ਦਰਸ਼ਨ ਦਾਸ ਦਾ ਪੰਜ ਤੱਤਾਂ ਦਾ ਸਰੀਰ ਹੈ। ਆਕਾਸ਼ ਵਾਂਗ ਪਦਾਰਥ ਨਾਲ ਮੇਰਾ ਚਿੱਤ ਨਹੀਂ ਭਰਦਾ, ਜਿਵੇਂ ਹਵਾ ਕਰਕੇ ਫਰੇਵਾਂ ਹੋ ਜਾਂਦਾ ਹੈ, ਤਿਵੇਂ ਦਰਸ਼ਨ ਦਾਸ ਅਹੰਕਾਰ ਕਰਕੇ ਫੁੱਲਿਆ ਹੈ। ਜਿਵੇਂ ਪਾਣੀ ਚੋਂ ਕਾਮ ਪੈਦਾ ਹੁੰਦਾ ਹੈ, ਤਿਵੇਂ ਦਰਸ਼ਨ ਦਾਸ ਨੂੰ ਕਾਮ ਵਿਆਪਦਾ ਹੈ। ਜਿਵੇਂ ਧਰਤੀ ਜੜ ਹੈ, ਤਿਵੇਂ ਦਰਸ਼ਨ ਦਾਸ ਗੁਰਬਾਣੀ ਅਰਥ ਸਮਝਣ, ਗੁਰੂ ਸੇਵਾ ਸਿਮਰਨ, ਪ੍ਰੇਮ ਭਗਤੀ ਕਰਨ ਵੱਲੋਂ ਜੜ ਹਾਂ। ਜਿਵੇਂ ਅਗਨੀ ਚੋਂ ਕ੍ਰੋਧ ਪੈਦਾ ਹੁੰਦਾ ਹੈ, ਤਿਵੇਂ ਦਰਸ਼ਨ ਦਾਸ ਦਾ ਸਰੀਰ ਪੰਜਾਂ ਤੱਤਾਂ ਦਾ ਹੋਣੇ ਕਰਕੇ ਬੇਸ਼ੁਮਾਰ ਕ੍ਰੋਧ ਆ ਜਾਂਦਾ ਹੈ। ਹਜੂਰ ਕਿਹਾ, ਪੰਜਾਂ ਤੱਤਾਂ ਦਾ ਇਹ ਗੁਣ ਧਾਰਨ ਕਰੋ। ਸਹਿਣਸ਼ੀਲ, ਜਿਵੇਂ ਆਕਾਸ਼ ਚ ਭਾਵੇਂ ਕਿਤਨੇ ਗੋਲੇ ਚਲਾਏ ਜਾਣ ਫੇਰ ਵੀ ਸਹਿਣਸ਼ੀਲਤਾ ਰੱਖਦਾ ਹੈ, ਇਸ ਤਰ੍ਹਾਂ ਜੇ ਕੋਈ ਮੰਦੇ ਵਚਨ ਕਹੇ ਦੁੱਖ ਦੇਵੇ ਤਾਂ ਸਹਿਣਸ਼ੀਲਤਾ ਰੱਖੋ ਜੀ। ਅੰਗ 347 ਯਥਾ ਸਹਿਣਸ਼ੀਲ ਸੰਤੰ ਸਮਿਤ੍ਰਸਯ ਦੁਰਜਨਹ, ਪਵਨ ਹਵਾ ਸਵਾਸ ਰੂਪ ਹੋ ਕੇ ਅਮੀਰ ਗਰੀਬ ਨੂੰ ਇੱਕੋ ਜਿਹਾ ਸੁਖ ਦਿੰਦੀ ਹੈ। ਯਥਾ ਜੈਸੇ ਰਾਜ ਰੰਗ ਕੋ ਲਾਗੈ ਤੋਲੇ ਪਵਾਨ, ਹਵਾ ਚ ਸਮਦ੍ਰਿਸ਼ਟੀ ਅਤੇ ਸਾਰਿਆਂ ਨੂੰ ਸੁਖ ਦੇਣ ਦਾ ਗੁਣ ਹੈ, ਇਸ ਤਰ੍ਹਾਂ ਹਵਾ ਤੋਂ ਧੰਨ ਧੰਨ ਸਾਤੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਾਰਿਆਂ ਤੇ ਸਮਦ੍ਰਿਸ਼ਟੀ ਰੱਖ ਕੇ ਸਭ ਨੂੰ ਸੁਖ ਦੇਣ ਵਾਲਾ ਗੁਣ ਧਾਰਨ ਕਰੋ ਜੀ। ਆਰੋ ਅਤੇ ਪਾਣੀ ਸਾਰਿਆਂ ਦੀ ਪਿਆਸ ਬੁਝਾਉਂਦਾ ਹੈ, ਮਹਿਲ ਧੋਂਦਾ ਹੈ, ਪਰ ਫੇਰ ਵੀ ਨਿਰਮਲ ਦਾ ਨਿਰਮਲ ਹੀ ਰਹਿੰਦਾ ਹੈ। ਇਸ ਤਰ੍ਹਾਂ ਪਾਣੀ ਵਾਂਗ ਗੁਰਬਾਣੀ ਕਥਾ ਕੀਰਤਨ ਦੁਆਰਾ ਆਪਣੀ ਸਭ ਦੀ ਤ੍ਰਿਸ਼ਨਾ ਦੀ ਪਿਆਸ ਬੁਝਾਓ, ਸਭ ਦੀ ਮਹਿਲ ਧੋ ਕੇ ਉੱਜਲ ਰਹੋ। ਪਾਣੀ ਸਾਰੀ ਬਨਸਪਤੀ ਨੂੰ ਹਰਾ ਭਰਾ ਕਰਦਾ ਹੈ, ਇਸ ਤਰ੍ਹਾਂ ਗੁਰਬਾਣੀ ਕਥਾ ਕੀਰਤਨ ਸੁਣਾ ਕੇ ਸਾਰੇ ਸੰਸਾਰ ਨੂੰ ਹਰਾ ਭਰਾ ਕਰੋ। ਬਸ ਉਹਦਾ ਖਿਮਾ ਨਿਭਰਾਤੇ, ਬਸ ਉਹਦਾ ਧਰਤੀ ਤੇ ਭਾਵੇਂ ਕੋਈ ਮੈਲ ਤਿਆਗੇ ਭਾਵੇਂ ਪੁੱਟੇ ਪਰ ਫੇਰ ਵੀ ਖਿਮਾ ਹੀ ਰੱਖਦੀ ਹੈ। ਬੇਅੰਤ ਬ੍ਰਿਸ਼, ਸਮੁੰਦਰ, ਪਹਾੜ, ਜੀਵ ਸਭ ਦਾ ਭਾਰ ਸਹਾਰਦੀ ਹੈ, ਇਸ ਤਰ੍ਹਾਂ ਧੀਜ ਖਿਮਾ ਦਾ ਸੁਭਾਅ ਧਾਰਨ ਕਰੋ। ਨਿਭਰਾਤੇ, ਜਿਵੇਂ ਅੱਗ ਪ੍ਰਕਾਸ਼ ਕਰਕੇ ਅੰਧੇਰਾ ਚੁੱਕ ਕੇ, ਨਿਭਰਾਤੇ ਨੇ ਜਮਾਂ ਭਰਾਤੇ, ਭਰਾਤੇ ਭਰਮ ਭਰਾਂਤੀ ਤੋਂ ਨੇ ਰਹਿਤ ਕਰਦੀ ਹੈ। ਇਹ ਅੱਗ ਵਾਂਗ ਗੁਰਬਾਣੀ ਨਾਲ ਦੂਜਿਆਂ ਦੇ ਅੰਦਰ ਗਿਆਨ ਦਾ ਪੂਰਨ ਪ੍ਰਕਾਸ਼ ਕਰਕੇ, ਅਗਿਆਨ ਦਾ ਅੰਧੇਰਾ ਦੂਰ ਕਰਕੇ ਭਰਮ ਭਰਾਂਤੀ ਤੋਂ ਰਹਿਤ ਕਰੋ। ਜਿਵੇਂ ਅੱਗ ਪਾਲਾ ਦੂਰ ਕਰਦੀ ਹੈ, ਜਸਾ ਸੁਭਾਏ ਉਪਾਏ ਜੋ ਨਿਕਟੇ ਆਵੇ ਸੀ ਤੋਂ ਤਾਕ ਜਾਏ, ਇਸ ਤਰ੍ਹਾਂ ਗੁਰਬਾਣੀ ਨਾਲ ਦੂਜਿਆਂ ਦਾ ਪਾਪਾ ਰੂਪੀ ਪਾਲਾ ਦੂਰ ਕਰੋ। ਪੰਚ ਤਤ ਮੇਲੇ ਪਯੋ ਸੰਜੋਗਾ ਇਨ ਮਹਿ ਕਵਨ ਦੁਰਾਤੇ,
ਆਕਾਸ਼ ਪੌਣ ਪਾਣੀ ਧਰਤੀ ਅਗਨੀ ਪੰਜ ਤੱਤ ਦਾ ਸੰਜੋਗਾ ਮੇਲਾ ਮੇਲ ਕੇ ਸਰੀਰ ਭਇਓ ਹੋਇਆ ਹੈ ਜਥਾ ਪਾਂਚ ਤਤ ਕੋ ਤਨ ਰਚਿਓ ਜਨ ਚਤੁਰ ਸੁਜਾਨ ਪੰਚ ਤਤ ਦੇ ਸ਼ੁਭ ਗੁਣਾਂ ਦੀ ਸ਼ੁਭ ਧਾਰਨਾ ਚ ਮੇਲੇ ਕੇ ਪ੍ਰੇਮੀਆਂ ਦਾ ਵਾਹਿਗੁਰੂ ਜੀ ਨਾਲ ਸੰਜੋਗਾ ਮੇਲਾ ਪਇਓ ਹੋਇਆ ਹੈ। ਇਨ ਬਚਨਾ ਮਹਿ ਕਿਉਂ ਦੱਸੋ ਦੁਰਾਤੇ ਦਵੈਤ ਛੁਪਾਬਾਜੀ ਕਿਹੜੀ ਹੈ। ਇਨ੍ਹਾਂ ਪੰਜਾਂ ਤੱਤਾਂ ਦੇ ਪ੍ਰੋਕਤ ਸੋ ਗੁਣ ਧਾਰਨ ਕਰਕੇ ਕਦੇ ਭੁੱਲ ਕੇ ਵੀ ਗਾਲ ਨਹੀਂ ਕੱਢਣੀ ਚਾਹੀਦੀ। ਜੇ ਕੋਈ ਗਾਲ ਕੱਢੇ ਤਾਂ ਆਕਾਸ਼ ਵਾਂਗ ਸਹਿਣਸ਼ੀਲਤਾ ਸਹਿਤ ਨਿਰਖੋਭ ਰਹਿਣਾ, ਹਵਾ ਵਾਂਗ ਸਮਦ੍ਰਿਸ਼ਟੀ ਰੱਖ ਕੇ ਗਾਲ ਜਰਨੀ, ਪਾਣੀ ਵਾਂਗ ਪਰਾਈ ਮੈਲ ਲਾਹ ਕੇ ਉੱਜਲਤਾ ਰੱਖਣੀ, ਭਾਵ ਗਾਲ ਤੋਂ ਉੱਜਲ ਰਹਿਣਾ, ਗਾਲ ਕੱਢਣ ਵਾਲੇ ਨੂੰ ਧਰਤੀ ਵਾਂਗ ਖਿਮਾ ਕਰ ਦੇਣੀ, ਅੱਗ ਵਾਂਗ ਗਾਲ ਕੱਢਣ ਵਾਲੇ ਦਾ ਪਾਪਾ ਰੂਪੀ ਪਾਲਾ ਲਾ ਕੇ ਉਸਦਾ ਗਿਆਨ ਦਾ ਅੰਧੇਰਾ ਮੇਟ ਕੇ ਗਿਆਨ ਦਾ ਪੂਰਨ ਪ੍ਰਕਾਸ਼ ਬਖਸ਼ਣਾ। ਅੰਗ 348 ਭਾਵ ਅਰਥ ਪਰਮ ਪੂਜਨੀਕ ਪੰਜਵੇਂ ਪਾਤਸ਼ਾਹ ਜੀ ਸਿੱਖ ਨੂੰ ਗਾਲ ਜਰਨ ਦਾ ਪਰਪ੍ਰਤ ਸੁਭ ਸੱਚਾ ਉਪਦੇਸ਼ ਬਖਸ਼ਦੇ ਹਨ। ਹੇ ਪ੍ਰੇਮੀਓ, ਅਕਾਲ ਪੁਰਖ ਜੀ ਨੇ ਇਨ੍ਹਾਂ ਪੰਜਾਂ ਤੱਤਾਂ ਨੂੰ ਖਿਮਾ ਸਹਿਣਸ਼ੀਲਤਾ ਨਿਰਖੋਪੁਣਾ ਸਮਦ੍ਰਿਸ਼ਟ ਸੁਭਾਅ ਬਖਸ਼ਿਆ ਹੈ, ਜਿਸ ਕਰਕੇ ਪੰਚ ਤੱਤ ਰਾਜਤ ਸਰੀਰ ਪ੍ਰਫੁੱਲਤ ਹੁੰਦਾ ਹੈ। ਇਸ ਤਰ੍ਹਾਂ ਅਨੰਤ ਬ੍ਰਹਿਮੰਡ ਦੀ ਰਚਨਾ ਪੰਜਾਂ ਤੱਤਾਂ ਕਰਕੇ ਰਚੀ ਹੈ। ਇਨ੍ਹਾਂ ਪੰਜਾਂ ਤੱਤਾਂ ਚ ਉਪਰੋਕਤ ਸ਼ੁਭ ਗੁਣ ਪੂਰਨ ਵਾਹਿਗੁਰੂ ਜੀ ਨੇ ਪਾਏ ਹਨ, ਜਿਸ ਕਰਕੇ ਸਾਰੀ ਹੀ ਰਚਨਾ ਨਿਯਮ ਚ ਪਰਪੱਕ ਬੱਝੀ ਹੋਈ ਹੈ। ਹੇ ਪ੍ਰੇਮੀ ਜਨੋ, ਧਰਤੀ ਨੂੰ ਭਾਵੇਂ ਕੋਈ ਪੁੱਟੇ ਚਾਹੇ ਇਸ ਤੇ ਮੈਲ ਤਿਆਗੇ, ਖੇਮਾ ਧੀਰਜ ਰੱਖਦੀ ਹੈ। ਬਨਸਪਤੀ ਧਰਤੀ ਤੋਂ ਪੈਦਾ ਹੁੰਦੀ ਹੈ, ਪਹਾੜ ਸਮੁੰਦਰ ਜੰਗਲ ਦਰਿਆ ਜੀ ਜੰਤ ਸਭ ਦਾ ਭਾਰ ਸਹਾਰਦੀ ਹੈ। ਆਕਾਸ਼ ਚ ਭਾਵੇਂ ਕਿਤਨੇ ਹੀ ਗੋਲੇ ਚਲਾਏ ਜਾਣ, ਨਿਰਖੋਭ ਹੀ ਰਹਿੰਦਾ ਹੈ, ਸਾਰਿਆਂ ਨੂੰ ਆਪਣੇ ਚ ਨਿਵਾਸ ਦਿੰਦਾ ਹੈ। ਸਾਰੀ ਰਚਨਾ ਚ ਆਕਾਸ਼ ਹੈ, ਇਸ ਬਿਨਾ ਸਭ ਮਰ ਜਾਣ। ਹਵਾ ਅਮੀਰ ਗਰੀਬ ਨੂੰ ਸਵਾਸ ਦੇਣ ਰੂਪ ਇੱਕੋ ਜਿਹਾ ਸੁਖ ਬਖਸ਼ਦੀ ਹੈ, ਪਾਣੀ ਪਿਆਸ ਬੁਝਾਉਂਦਾ ਹੈ, ਮੈਲ ਧੋ ਕੇ ਆਪ ਉੱਜਲ ਦਾ ਉੱਜਲ ਹੀ ਰਹਿੰਦਾ ਹੈ। ਪਾਣੀ ਨਾਲ ਸਾਰੇ ਜੀ ਪ੍ਰਫੁੱਲਤ ਹੁੰਦੇ ਹਨ। ਅਗਨੀ ਖਾਣਾ ਹਜ਼ਮ ਕਰਦੀ ਹੈ, ਖਾਣਾ ਪਕਾਉਂਦੀ ਹੈ। ਬਨਸਪਤੀ ਸਾਰੇ ਜੀ ਅਗਨੀ ਨਾਲ ਪ੍ਰਫੁੱਲਤ ਹੁੰਦੇ ਹਨ। ਠੰਡ ਚ ਭਾਵੇਂ ਕੋਈ ਅੱਗ ਬੁਝਾਉਣ ਜਾਵੇ ਤਾਂ ਵੀ ਉਸਦਾ ਪਾਲਾ ਦੂਰ ਕਰਦੀ ਹੈ। ਹੇ ਭਾਈ, ਪੰਜਾਂ ਤੱਤਾਂ ਤੋਂ ਉਪਰੋਕਤ ਗੁਣ ਧਾਰਨ ਕਰਕੇ ਖੇਮਾ ਕਮਾਓ। ਜੇ ਨੇ ਰਾਚੇ ਰਚਿਆ ਪੁਰ ਖੇ ਵਧਾਤੈ ਨਾਲੇ ਹੋਮੈ ਪਾਈ। ਜੇ ਨੇ ਬਹੁ ਵਚਨ ਸਤਿਕਾਰ ਲਈ ਕਿਹਾ ਹੈ, ਜੇਨ ਜਿਨ੍ਹਾਂ ਪੋਰਖੇ ਪੂਰਨ ਵਿਧਾਤਾ ਵਾਹਿਗੁਰੂ ਜੀ ਨੇ ਪੰਜ ਤੱਤ ਰਚ ਕੇ ਰਚਨਾ ਨੂੰ ਰਚਿਆ ਹੈ, ਉਹ ਨਾਲੇ ਹੀ ਵਸਦੇ ਹਨ। ਹੇ ਮਹਾਰਾਜ ਸਾਹਿਬ ਜੀ, ਕਿਉਂ ਵਿਛੜ ਗਿਆ? ਉੱਤਰ, ਹਉਮੈ ਪਾਈ, ਇਸ ਨੇ ਕਰਤਾ ਪੁਰਖ ਨੂੰ ਰਚਨਹਾਰ ਨਹੀਂ ਮੰਨਿਆ। ਰਚਨਹਾਰ ਦੇ ਮਹਾਨ ਪਰਉਪਕਾਰ ਭੁਲਾ ਕੇ ਕਿਰਤ ਕਣ ਬਣ ਗਿਆ, ਆਪਣੇ ਆਪ ਨੂੰ ਥਾਪ ਕੇ ਆਪਣੇ ਦਿਲ ਚ ਹਉਮੈ ਪਾਈ ਹੈ, ਇਸ ਲਈ ਇਸ ਨੂੰ ਦੰਡ ਮਿਲਿਆ ਹੈ। ਜਨਮ ਮਰਨ ਉਸ ਹੀ ਕੋ ਹੈ ਰੇ, ਓਹਾ ਆਵੈ ਜਾਈ, ਜੋ ਨਾਸ਼ਵੰਤ ਪਸਾਰੇ ਚ ਰਚ ਕੇ ਪਾਪ ਕਰਕੇ ਹਉਮੈ ਕਰਦਾ ਹੈ, ਰੇ ਪਾਈ ਉਸ ਕੋ ਨੂੰ ਹੀ ਜਨਮ ਮਰਨ ਹੈ। ਓਹਾ ਉਹ ਜਨਮ ਧਾਰ ਕੇ ਆਵੈ ਆਵੇਗਾ, ਮਰ ਕੇ ਜਾਈ ਜਾਵੇਗਾ। ਬਾਰਾਂ ਨੂੰ ਚੇਹਾਂ ਨੂੰ ਨਾਹੀ ਕਿਛੋ ਰਚਨਾ, ਮਿਥਿਆ ਸਗਲ ਪਸਾਰਾ
ਪਾਣੇ ਤੇ ਨਾਨਕੋ ਜਬ ਖੇਲ ਉਜਾਰਾ ਤਬ ਏਕੈ ਏਕ ਅੰਕਾਰਾ ਪ੍ਰੀਤਮ ਪ੍ਰੇਮ ਭਾਗਤ ਤੇ ਕੇ ਦਾਤੇ ਨਿਮਰਤਾ ਦੇ ਸਾਗਰ ਬ੍ਰਹਮ ਰਤਨਾਗਰ ਸਮਰਥ ਸਵਾਮੀ ਵਾਹਿਗੁਰੂ ਨਾਨਕੋ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਅੰਤਰਜਾਮੀ ਸਮਰਥ ਸਵਾਮੀ ਜੀ ਪਾਣ ਤੇ ਕਥਨ ਕਰਦੇ ਹਨ। ਹੇ ਪ੍ਰੇਮੀ ਜੀ, ਕਾਲ ਸੁਣ ਕੇ ਪਰੇਸ਼ਾਨ ਨਾ ਹੋਵੋ। ਅਕਾਲ ਜੀ ਦੇ ਮਹਾ ਮਹਾ ਬਸਮਾਦ ਕੌਤਕ ਸੁਣੋ। ਅਨੰਤ ਬ੍ਰਹਮੰਡ ਖਾਣੀ ਬਾਣੀ ਦਾ ਸਗਲ ਸਾਰਾ ਪਸਾਰਾ ਵਿਸਾਰ ਮਿਥਿਆ ਨਾਸ਼ਵੰਤ ਝੂਠਾ ਅਣ ਹੋਇਆ ਹੈ। ਰਚਨਾ ਦਾ 12 ਨੂੰ ਰੰਗ ਚਿਹਾਂ ਨੂੰ ਨਿਸ਼ਾਨ ਆਕਾਰ ਕਿਛੋ ਵੀ ਸੱਚਾ ਨਾਹੀ। ਸਭ ਆਕਾਰ ਚਲਿਆ ਜਾਵੇਗਾ। ਅਕਾਲ ਜੀ ਜਬ ਜਦੋਂ ਆਪਣੇ ਅਨੰਤ ਬ੍ਰਹਮੰਡ ਦਾ ਖੇਲ ਆਪਣੇ ਨਿਰਗੁਣ ਸੂਬ ਜੀ ਚ ਉਜਾਰਾ ਲੀਨ ਕਰ ਲੈਣਗੇ ਅੰਗ 349 ਤਬ ਤਦੋਂ ਏਕ ਅੰਕਾਰਾ ਪ੍ਰਕਾਸ਼ ਰੂਪ ਬ੍ਰਹਮ ਏਕੈ ਇਕ ਨਿਰੰਕਾਰ ਜੀ ਹੀ ਰਹੇ ਜਾਣਗੇ। ਯਥਾ ਅਨੇਕ ਹੈ ਫਿਰ ਏਕ ਹੈ। ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ। ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕੋ ਏਕੰਕਾਰ ਅਪਰੋਕਤ ਸ਼ਬਦ ਚ ਅੰਤਰਜਾਮੀ ਸੋ ਪ੍ਰਭੂ ਮੇਰਾ ਸਰਬ ਰਹਿਆ ਪਾਰ ਪੂਰੇ ਅਤੇ ਦੀਨ ਦਿਆਲ ਦਮੋਦਰ ਰਾਇਆ ਜੀਓ ਦੇ ਪੂਰਨ ਗੁਰੂ ਅਵਤਾਰ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਕੋਟੇ ਬ੍ਰਹਮੰਡ ਦੇ ਪਸਾਰੇ ਨੂੰ ਨਾਸ਼ਵੰਤ ਦੱਸਿਆ ਹੈ। ਇਸ ਲਈ ਸਰੀਰ ਵੀ ਨਾਸ਼ਵੰਤ ਹੀ ਹੈ। ਪਹਿਲਾਂ ਤਾਂ ਉਪਦੇਸ਼ ਹੈ ਕਿ ਗਾਲ ਨਹੀਂ ਕੱਢਣੀ ਕਿਉਂਕਿ ਫਿੱਕਾ ਬੋਲਣ ਨਾਲ ਤਨ ਮਨ ਫਿੱਕਾ ਹੋ ਜਾਂਦਾ ਹੈ। ਯਥਾ ਨਾਨਕ ਫਿੱਕੇ ਬੋਲਿਆ ਤਾਂ ਨੂੰ ਮਾਂ ਨੂੰ ਫਿੱਕਾ ਹੋਏ। ਗੁਰਮੁਖੇ ਤਾਂ ਇਹ ਗੱਲ ਮੰਨ ਲੈਣਗੇ ਪਰ ਮਨਮੁਖ ਨਹੀਂ ਮੰਨਣਗੇ। ਜੇ ਮਨਮੁਖ ਗਾਲ ਪੀ ਕੱਢੇ ਤਾਂ ਗੁਰਮੁਖਾਂ ਨੂੰ ਗਾਲ ਜਰਨ ਦਾ ਸ਼ੁਭ ਉਪਦੇਸ਼ ਹੈ। ਬ੍ਰਹਮ ਜੀ ਸਦਾ ਨਿਰਲੇਪ ਹਨ। ਇਹਨਾਂ ਨੂੰ ਕੋਈ ਗਾਲ ਕੱਢ ਕੇ ਜਾਂ ਸ਼ਸਤਰਾਂ ਕਰਕੇ ਕੱਟ ਨਹੀਂ ਸਕਦਾ। ਸੱਚੇ ਸਤਿਗੁਰਾਂ ਨੇ ਗੁਰਬਾਣੀ ਜੀ ਦੁਆਰਾ ਗੁਰੂ ਸੇਵਕ ਜੀ ਦੇ ਹਿਰਦੇ ਚ ਵਸ ਕੇ ਆਪ ਹੀ ਗਾਲ ਜਰਨੀ ਹੈ। ਪ੍ਰੇਮੀ ਗੁਰਸੇਵਕ ਜੀ ਹਰ ਸਮੇ ਨਾਮ ਜਪ ਜਪਾ ਕੇ ਵਿਆਪਕ ਲੀਨ ਰਹਿਣ। ਪੁੱਥੀ ਅੰਗ 349 ਨੰਬਰ 171 ਚੋਰ ਨੂੰ ਖਿਮਾ ਕਰਨ ਵਾਲੇ ਪਰਮ ਪੂਜੀ ਪੂਰਨ ਗੁਰੂ ਜੀ ਦੇ ਪੂਰਨ ਪ੍ਰੇਮੀ ਗੁਰਸਿੱਖ ਜੀ ਦੀ ਮਹਾ ਬਸਮਾਦ ਅਮੋਲਕ ਸਾਖੀ ਪੜਦਾ ਟਕਣ ਵਾਲੇ ਦਾ ਗੁਰੂ ਜੀ ਪੜਦਾ ਟਕਦੇ ਹਨ। ਪਰਮ ਪੂਜਨੀਕ ਗੁਰੂ ਨਾਨਕ ਦੇਵ ਗੋਬਿੰਦ ਰੂਪ ਧੰਨ ਵਾਹਿਗੁਰੂ ਮਹੱਲੇ ਪਹਿਲੇ ਜੀ ਦੇ ਪਰਮ ਪਵਿੱਤਰ ਸੁਭ ਸੱਚੇ ਚਰਨ ਕਮਲਾਂ ਦੀ ਲੀਨ ਖਾਸ ਪ੍ਰੇਮੀ ਸਿੱਖ ਦੇ ਘਰੇ ਸਿੱਖ ਲਿਬਾਸ ਚ ਇੱਕ ਚੋਰ ਗਿਆ। ਇਸ ਪ੍ਰੇਮੀ ਨੇ ਗੁਰਸਿੱਖਾਂ ਕੀ ਹਾਰੇ ਧੂੜੇ ਦੇਹੇ ਹਮ ਪਾਪੀ ਪੀ ਗਾਤੇ ਪਾਹੇ ਅਨੁਸਾਰ ਬਹੁਤ ਹੀ ਨਿਮਰਤਾ ਨਾਲ ਚਰਨ ਧੋਤੇ ਪ੍ਰਸ਼ਾਦ ਛਕਾਇਆ ਔਰ ਰਾਤ ਨੂੰ ਉਸ ਨੂੰ ਕਿਹਾ ਆਪ ਜੀ ਪਿਆਰੇ ਗੁਰਸਿੱਖੋਂ ਕਿਰਪਾ ਕਰਕੇ ਗੁਰੂ ਸਾਖੀ ਸੁਣਾਓ। ਕਿਹਾ ਮੈਨੂੰ ਨੀਂਦ ਆਉਂਦੀ ਹੈ ਨਾਮ ਖਸਮ ਕਾ ਚੇਤੇ ਨ ਕੀਆ ਕਪਟੀ ਕਪਟ ਟੂ ਕਮਾਣਾ ਅਨੁਸਾਰ ਕਪਟੀ ਕਪਟ ਕਰਕੇ ਜਾਗਦਾ ਰਿਹਾ। ਚਾਂਦੀ ਦੇ ਦਬੜਿਆਂ ਦਾ ਡੱਬਾ ਚੁੱਕ ਕੇ ਬਾਹਰ ਨਿਕਲਣਾ ਚਾਹਿਆ ਤਾਂ ਜਿੰਦਾ ਲੱਗਾ ਦੇਖ ਕੇ ਗੁਰਸਿੱਖ ਨੂੰ ਜਗਾਇਆ ਤੇ ਕਿਹਾ ਮੈਂ ਮੈਦਾਨ ਮਾਰਨਾ ਹੈ। ਪ੍ਰੇਮੀ ਸਿੱਖ ਨੇ ਕਿਹਾ ਭਾਈ ਜੀ ਆਪ ਜੀ ਵਿਹੜੇ ਚ ਹੀ ਕਿਰਿਆ ਕਰ ਲਵੋ, ਦਰਸ਼ਨ ਦਾਸ ਬਾਹਰ ਸੁੱਟ ਦੇਵੇਗਾ। ਕੂੜ ਬੋਲੇ ਮੁਰਦਾਰੂ ਖਾਏ ਅਨੁਸਾਰ ਚੋਰ ਨੇ ਕਿਹਾ ਮੈਨੂੰ ਲੱਜਿਆ ਆਉਂਦੀ ਹੈ
ਗੁਰੂ ਪ੍ਰੇਮੀ ਸਿੱਖ ਉੱਠਿਆ ਤਾਂ ਗੁੱਜਾ ਕਮਾਣਾ ਪ੍ਰਗਟ ਹੋਆ ਈਤ ਉਤਹਿ ਖੁਆਰੀ ਅਨੁਸਾਰ ਚੋਰ ਦੇ ਐਸਾ ਠੇਡਾ ਵੱਜਾ ਇਸ ਦੀ ਕੱਛ ਚੋਂ ਡੱਬਾ ਹੀ ਡਿੱਗ ਪਿਆ ਚੋਰ ਦਾ ਚਿਹਰਾ ਪੀੜਾ ਹੋ ਗਿਆ ਕਬੀਰਾ ਜਹਾਂ ਗਿਆਨ ਮੂੰਹ ਤਹ ਧਾਰਾ ਮੂੰਹ ਹੈ ਜਹਾਂ ਝੂਠ ਹੋ ਤਹ ਪਾਪ ਹੋ ਜਹਾਂ ਲੋਭ ਹੋ ਤਹ ਕਾਲ ਹੈ ਜਹਾਂ ਖਿਮਾ ਤਹ ਆਪੇ ਅਨੁਸਾਰ ਪਰਮ ਪੂਜਨੀਕ ਵਾਹਿਗੁਰੂ ਮਹੱਲੇ ਪਹਿਲੇ ਜੀ ਦੇ ਸੱਚੇ ਚਰਨ ਕਮਲਾਂ ਚ ਲੀਨ ਪ੍ਰੇਮੀ ਗੁਰਸਿੱਖ ਜੀ ਨੇ ਪੂਰਨ ਖਿਮਾ ਕਰਦਿਆਂ ਪਰਦਾ ਢਕਦਿਆਂ ਡੱਬਾ ਚੁੱਕ ਕੇ ਉਸ ਨੂੰ ਦੇ ਦਿੱਤਾ ਡੱਬਾ ਲੈ ਕੇ ਚਲਿਆ ਗਿਆ ਅੰਗ 350 ਸਿੱਖਣੀ ਨੇ ਕਿਹਾ ਰਾਤ ਜਿਹੜਾ ਸਿੱਖ ਆਇਆ ਸੀ ਉਸੇ ਨੇ ਚੋਰੀ ਕੀਤੀ ਹੈ ਸਿੱਖ ਨੇ ਕਿਹਾ ਖਬਰਦਾਰ ਇਹ ਨਹੀਂ ਕਹਿਣਾ ਵਾਹਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿੱਖ ਚੋਰੀ ਨਹੀਂ ਕਰਦੇ ਜੇ ਆਪਾਂ ਇਹ ਗੱਲ ਕਿਸੇ ਹੋਰ ਪਾਸ ਕੀਤੀ ਤਾਂ ਲੋਕ ਇਸ ਦਾ ਰੰਭਾ ਸਤਿਗੁਰੂ ਸਾਹਿਬ ਜੀ ਨੂੰ ਦੇਣਗੇ ਸਾਰੇ ਸਿੱਖਾਂ ਨੂੰ ਚੋਰ ਕਹਿਣਗੇ ਪਤੀਵਰਤਾ ਜੀ ਨੇ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕਰਕੇ ਕਿਹਾ ਜੀ ਸਤ ਵਚਨ ਖਿਮਾ ਬਖਸ਼ੋ ਇਹ ਪੂਰਨ ਪ੍ਰੇਮੀ ਸਿੱਖ ਸਤਿਗੁਰੂ ਸਾਹਿਬ ਦੇ ਪਰਮ ਪਿੱਤਰ ਸੁੰਦਰ ਸੱਚੇ ਮਹਾਂ ਬਿਸਮਾ ਦਰਸ਼ਨ ਗਿਆ ਸਤਿਗੁਰੂ ਸਾਹਿਬ ਜੀ ਨੇ ਝਟਪਟ ਗੁਰਤਾ ਸਿੰਘਾਸਨ ਤੋਂ ਉੱਠ ਕੇ ਆਪਣੇ ਅਤਿਅੰਤ ਪਿਆਰੇ ਨੂੰ ਛਾਤੀ ਨਾਲ ਲਾ ਕੇ ਘੁੱਟ ਕੇ ਪਿਆਰ ਦਿੱਤਾ ਮੇਰੇ ਮਾਨੇ ਤਾਨੇ ਪ੍ਰੀਤੇ ਲਗਾਈ ਸਾਤੇ ਗੋਰੇ ਹਾਰੇ ਮਿਲਿਓ ਲਾਏ ਚ ਪੀੜਾ ਬਿਸਮਨ ਬਿਸਮ ਰਹੇ ਬਿਸਮਾਦ ਅਨੁਸਾਰ ਗੁਰੂ ਪ੍ਰੇਸ਼ ਜੀ ਮਹਾਂ ਬਿਸਮਾਦ ਚ ਬੋਲੇ ਵਾਹ ਭਾਈ ਵਾਹ ਆਪ ਜੀ ਨੇ ਦਰਸ਼ਨ ਦਾ ਪਰਦਾ ਟਕਿਆ ਹੈ ਵਾਹਿਗੁਰੂ ਜੀ ਆਪ ਜੀ ਦੇ ਲੋਕ ਪਰਲੋਕ ਦੇ ਪਰਦੇ ਟਕਾਣਾ ਅਜੱਪਾ ਜਾਪ ਦੀ ਦਾਤ ਬਖਸ਼ਣ ਆਪਣੀ ਛਾਤੀ ਨਾਲ ਲਾ ਕੇ ਮਨੋਹਰ ਬਰ ਬਖਸ਼ ਕੇ ਪ੍ਰੇਮੀ ਦੇ ਅੰਦਰ ਅਜੱਪਾ ਜਾਪ ਚਲਾ ਦਿੱਤਾ।